जी दोस्तों, हुण आपां जिहड़ियां नैक्सट असाइनमेंट्स डिस्कस करनियां ने ओह इह ने। सब तों पहली हैगी है लैटर हैड। देखो जी, आ लैटर हैड देख रहे हो तुसीं, जिवें आ देखो लैटर हैड विच की हुंदा, साडे को साडी कंपनी दा नाम, एड्रैस, मोबाइल नंबर, आ देखो उपर डिटेल आ, कुछ थले हैगी आ। तां बाकी जिहड़ा विच वाला पोर्शन आ ਉਹ ਖਾਲੀ ਰੱਖਣਾ ਹੁੰਦਾ ਸੀ, ਉਹ ਕਿਸੇ ਵੀ ਪਰਪਸ ਲਈ। ਜੇਕਰ ਕਿਸੇ ਦੀ ਆਪਾਂ ਐਕਸਪੀਰੀਅੰਸ ਲੈਟਰ ਬਣਾਉਣੀ ਆ ਉਸ ਪਰਪਸ ਲਈ ਵੀ ਹੋ ਸਕਦਾ, ਕਿਸੇ ਨੂੰ ਬਿੱਲ ਕੱਟ ਕੇ ਦੇਣਾ ਉਹਦੇ ਵਾਸਤੇ ਵੀ ਹੋ ਸਕਦਾ ਆ। ਤਾਂ ਵਿਚਲਾ ਪੋਰਸ਼ਨ ਕਿਸੇ ਵੀ ਪਰਪਸ ਲਈ ਅਸੀਂ ਯੂਜ਼ ਕਰ ਸਕਦੇ ਹਾਂ। ਤਾਂ ਅਸੀਂ ਲੈਟਰ ਹੈਡ ਤਿਆਰ ਕਰਨੀ ਆ ਜਿਸ ਕੰਪਨੀ ਦਾ ਨਾਮ ਹੋਵੇ, ਠੀਕ ਆ ਜੀ। ਤਾਂ ਵਿਚਲਾ ਮੈਟਰ ਅਸੀਂ ਨਹੀਂ ਲਿਖਣਾ ਹੈਗਾ, ਵਿਚਲਾ ਮੈਟਰ ਜਿਵੇਂ ਹੁਣ ਕਈਆਂ ਪਾਸੇ ਲਿਖਿਆ ਹੋਇਆ, ਇੱਥੇ ਜਾਈਏ ਤਾਂ ਵਿਚਲਾ ਮੈਟਰ ਲਿਖਿਆ, ਇਹ ਨਹੀਂ ਲਿਖਣਾ ਸੀ। ਜਸਟ ਡਿਜ਼ਾਈਨ ਕਾਪੀ ਕਰਨਾ ਜਿਹੜਾ ਸਾਨੂੰ ਪਸੰਦ ਆਉਂਦਾ। ਤਾਂ ਦੇਖੋ ਅਲੱਗ ਅਲੱਗ ਡਿਜ਼ਾਈਨ ਸਾਡੇ ਕੋਲ ਗੂਗਲ 'ਤੇ ਹੈਗੇ ਨੇ, ਜਿਵੇਂ ਦੇਖੋ ਬਿਜ਼ਨਸ ਨੇਮ ਲਿਖਿਆ, ਲੈਟਰ ਹੈਡ, ਇਹਦੇ ਕਲਰ ਬੜੇ ਅੱਛੇ ਨੇ, ਯੈਲੋ ਅਤੇ ਬਲੂ। ਤਾਂ ਉੱਪਰ ਅਤੇ ਨੀਚੇ ਵਾਲਾ ਡਿਜ਼ਾਇਨ ਬਣਾਉਣਾ, ਵਿੱਚ ਵਾਲਾ ਜਿਹੜਾ ਮਟੀਰੀਅਲ ਆ ਉਹ ਅਸੀਂ ਬਿਲਕੁਲ ਨਹੀਂ ਲਿਖਣਾ ਹੈਗਾ, ਲੋੜ ਨਹੀਂ ਹੈਗੀ ਉਹਦੀ। ਤਾਂ ਆਪਣੀ ਕੰਪਨੀ ਦਾ ਅਸੀਂ ਲੈਟਰ ਹੈਡ ਦਾ ਬਣਾ ਲਈਏ, ਅਲੱਗ ਅਲੱਗ ਡਿਜ਼ਾਇਨ ਤਿਆਰ ਕਰੀਏ ਜਿਹੜੇ ਅਟਰੈਕਟਿਵ ਹੋਣ, ਠੀਕ ਆ ਜੀ। ਤਾਂ ਲੈਟਰ ਹੈਡ ਅਸੀਂ 4-5 ਤਰ੍ਹਾਂ ਦੇ ਬਣਾਈਏ, ਠੀਕ ਆ ਜੀ। ਇਸ ਤੋਂ ਅਗਲੀ ਜਿਹੜੀ ਅਸਾਈਨਮੈਂਟ ਹੈਗੀ ਹੈ, ਇਹ ਹੁਣ ਬਣਾ ਕੇ ਨਹੀਂ ਦਿਖਾਊਂਗਾ, ਤੁਸੀਂ ਜਿਹੜੀ ਪ੍ਰੈਕਟਿਸ ਕਰ ਚੁੱਕੇ ਹੋ ਉਹਦੇ ਬੇਸ 'ਤੇ ਤੁਸੀਂ ਬੜੇ ਆਰਾਮ ਨਾਲ ਤੁਸੀਂ ਬਣਾ ਸਕਦੇ ਹੋ। ਤਾਂ ਲੈਟਰ ਹੈਡ ਵੀ ਬਣਾਓ ਤੁਸੀਂ, ਠੀਕ ਆ ਜੀ, ਏ 4 ਸਾਈਜ਼ ਲੈ ਕੇ, ਠੀਕ ਆ ਨਾ। ਜਾਂ ਫਿਰ ਅੰਦਾਜ਼ੇ ਨਾਲ ਤੁਸੀਂ ਸਾਈਜ਼ ਲੈ ਲਿਓ, ਮੈਂ ਦੱਸ ਦਿੰਦਾ ਕਿਵੇਂ। ਫੋਰ ਐਗਜ਼ਾਮਪਲ ਤੁਸੀਂ ਜਿਵੇਂ ਹੁਣ ਆਪਣੇ ਕੋਲ ਪੇਜ ਆ ਨਾ ਜਿਹੜਾ ਮੇਨ, ਇਹ ਏ 4 ਸਾਈਜ਼ ਹੀ ਆ, ਠੀਕ ਆ ਜੀ। ਜਾਂ ਤੁਸੀਂ ਇੱਕ ਸ਼ੇਪ ਲਈਓ, ਠੀਕ ਆ ਜੀ, ਇੱਕ ਸ਼ੇਪ ਨੀਅਰ ਅਬਾਊਟ ਇੱਦਾਂ ਦੀ ਹੋਵੇ, ਇਹਦੇ ਵਿੱਚ ਕੰਮ ਕਰ ਸਕਦੇ ਤੁਸੀਂ, ਠੀਕ ਆ ਜੀ। ਸਾਈਜ਼ ਬਾਅਦ ਵਿੱਚੋਂ ਜਦੋਂ ਆਪਾਂ ਪ੍ਰਿੰਟ ਕਢਾਉਂਦੇ ਹਾਂ, ਪ੍ਰਿੰਟਿੰਗ ਵਾਲੇ ਵੀ ਸੈੱਟ ਕਰ ਲੈਂਦੇ ਹੁੰਦੇ ਆ, ਠੀਕ ਆ ਜੀ। ਤਾਂ ਉਹ ਸ਼ੇਪ ਦੇ ਅੰਦਰ ਅੰਦਰ ਸਾਰਾ ਕੁਝ ਕਰੀਏ ਅਸੀਂ, ਠੀਕ ਆ ਜੀ। ਉਸ ਤੋਂ ਬਾਅਦ ਜਿਹੜੀ ਅਗਲੀ ਅਸਾਈਨਮੈਂਟ ਹੈਗੀ ਸਾਡੀ ਲੈਟਰ ਹੈਡ ਤੋਂ ਬਾਅਦ, ਅਸੀਂ ਸੋਸ਼ਲ ਬੈਨਰ ਬਣਾਉਣੇ ਜੀ, ਠੀਕ ਆ ਜੀ। ਜਿਹੜੇ ਸੋਸ਼ਲ ਬੈਨਰ ਹੈਗੇ ਨੇ, ਠੀਕ ਆ ਨਾ, ਜਿਹੜੇ ਐਡਵਰਟਾਈਜ਼ਮੈਂਟ ਪਰਪਸ ਲਈ ਅਸੀਂ ਯੂਜ਼ ਕਰਦੇ ਹਾਂ, ਫੇਸਬੁੱਕ 'ਤੇ ਪਾਉਂਦੇ ਹਾਂ, ਇੰਸਟਾਗ੍ਰਾਮ 'ਤੇ ਪਾਉਂਦੇ ਹਾਂ, ਆਕਾਸ਼ ਵੈਬਸ 'ਤੇ ਬਣੇ ਹੋਏ ਨੇ, ਠੀਕ ਆ ਜੀ। ਆਹ ਵੀ ਦੇਖ ਲਓ ਤੁਸੀਂ ਵੈਬਸਾਈਟ 'ਤੇ ਜਾ ਕੇ ਦੇਖ ਸਕਦੇ ਹੋ, ਠੀਕ ਆ ਜੀ। ਇਸ ਤਰ੍ਹਾਂ ਦੇ ਅਸੀਂ ਸੋਸ਼ਲ ਬੈਨਰ ਬਣਾਈਏ, ਇੱਕੋ ਕਲਰ ਕੰਬੀਨੇਸ਼ਨ ਰੱਖ ਕੇ। ਤਾਂ ਆਪਣੇ ਜਿੰਨੇ ਵੀ ਪ੍ਰੋਡਕਟ ਹੈਗੇ ਆ ਉਹਨਾਂ ਪ੍ਰੋਡਕਟਸ ਦੇ ਬੈਨਰ ਬਣਾਈਏ ਅਸੀਂ। ਦੇਖੋ ਵਿਜ਼ੀਬਿਲਿਟੀ ਕਲੀਅਰ ਹੋਣੀ ਚਾਹੀਦੀ ਆ, ਕਲਰ ਕੰਬੀਨੇਸ਼ਨ ਵਧੀਆ ਹੋਣਾ ਚਾਹੀਦਾ ਅਤੇ ਵਿਜ਼ੀਬਿਲਿਟੀ। ਤਾਂ ਕੋਸ਼ਿਸ਼ ਕਰੋ ਆਪਣੀ ਕੰਪਨੀ ਦਾ ਇੱਕ ਕਲਰ ਕੰਬੀਨੇਸ਼ਨ ਜਿਹੜਾ ਚੂਜ਼ ਕਰ ਲਿਆ, ਉਸੇ ਕਲਰ ਕੰਬੀਨੇਸ਼ਨ ਦੇ ਵਿੱਚ ਅਸੀਂ ਸਾਰਾ ਕਰੀਏ। ਹੁਣ ਸਾਡੇ ਆ ਸਾਰੇ ਬੈਨਰ ਇੱਕੋ ਕਲਰ ਕੰਬੀਨੇਸ਼ਨ ਦੇ ਵਿੱਚ ਬਣੇ ਹੋਏ ਨੇ, ਆ ਦੇਖੋ ਰੈੱਡ ਐਂਡ ਬਲੂ, ਠੀਕ ਆ ਜੀ, ਸੇਮ ਕਲਰ ਕੰਬੀਨੇਸ਼ਨ 'ਚ ਸਾਰੇ ਬੈਨਰ ਬਣੇ ਹੋਏ ਨੇ। ਤਾਂ ਇਹਨਾਂ ਨੂੰ ਵੀ ਦੇਖ ਕੇ ਤੁਸੀਂ ਇਹ ਵੀਡੀਓ 'ਚੋਂ ਵੀ ਪੌਜ਼ ਕਰਕੇ ਇੱਦਾਂ ਦੀ ਵੀ ਟਰਾਈ ਕਰ ਸਕਦੇ ਹੋ। ਤੁਸੀਂ ਆਪਣਾ ਕਲਰ ਕੰਬੀਨੇਸ਼ਨ ਦੇਖਿਓ ਕਿਹੜਾ ਤੁਹਾਨੂੰ ਚਾਹੀਦਾ ਵਾ, ਤਾਂ ਉਸੇ ਕਲਰ ਕੰਬੀਨੇਸ਼ਨ ਦੇ ਵਿੱਚ ਅਸੀਂ ਸਾਰੇ ਡਿਜ਼ਾਈਨ ਬਣਾਉਣੇ ਆ, ਠੀਕ ਆ ਜੀ। ਸੋਸ਼ਲ ਬੈਨਰ ਬਣਾਓ, ਘੱਟੋ ਘੱਟ 10-15 ਬੈਨਰ ਬਣਾਓ ਸੋਸ਼ਲ ਬੈਨਰ। ਆਪਣੀ ਇੱਕ ਕੈਟੇਗਰੀ ਇੱਕ ਚੂਜ਼ ਕਰ ਲਓ, ਜੇਕਰ ਤੁਹਾਡਾ ਕੋਈ ਫਿਜ਼ੀਕਲ ਪ੍ਰੋਡਕਟ ਬਣਦੇ ਆ ਉਹ ਸਾਰੇ ਪ੍ਰੋਡਕਟਸ ਦੇ ਬੈਨਰ ਬਣਾ ਦਿਓ। ਜੇਕਰ ਇਹ ਤਾਂ ਜੇਕਰ ਤੁਹਾਡਾ ਆਪਣਾ ਕੰਮ ਨਹੀਂ ਵੀ ਹੈਗਾ, ਕਿਸੇ ਇੱਕ ਕੈਟੇਗਰੀ ਨੂੰ ਪਕੜ ਲਓ, ਫੋਰ ਐਗਜ਼ਾਮਪਲ ਰੈਸਟੋਰੈਂਟ ਆ, ਰੈਸਟੋਰੈਂਟ ਦੇ ਜਿੰਨੇ ਵੀ ਖਾਣ ਪੀਣ ਵਾਲੀਆਂ ਚੀਜ਼ਾਂ ਨੇ ਸਾਰਿਆਂ ਦੇ ਬੈਨਰ ਬਣਾ ਦਿਓ। ਜੋ ਜੋ ਵੀ ਗ੍ਰਾਫਿਕਸ ਬਣ ਸਕਦੇ ਆ ਉਹਦੇ, ਉਹ ਸਾਰੇ ਅਸੀਂ ਬਣਾਈਏ, ਠੀਕ ਆ ਨਾ। ਅਸੀਂ ਆਪਣੇ ਆਹ ਕੋਰਸਾਂ ਦੇ ਅਲੱਗ ਅਲੱਗ ਬਣਾਏ ਹੋਏ ਨੇ, ਠੀਕ ਆ ਜੀ। ਤਾਂ ਇਹ ਅਸਾਈਨਮੈਂਟ ਵੀ ਤੁਸੀਂ ਕੰਪਲੀਟ ਕਰਨੀ ਆ, ਸੋਸ਼ਲ ਬੈਨਰ ਬਣਾਉਣੇ ਆ, ਠੀਕ ਆ ਨਾ। ਉਸ ਤੋਂ ਇਲਾਵਾ ਫਿਰ ਅਗਲੀ ਅਸਾਈਨਮੈਂਟ ਹੈਗੀ ਇਨਵੈਲਪ ਡਿਜ਼ਾਈਨ। ਹੁਣ ਅਸੀਂ ਕਿਸੇ ਨੂੰ ਚਿੱਠੀ ਭੇਜਣੀ ਹੋਵੇ, ਆਪਣੇ ਲੈਟਰ ਹੈਡ 'ਤੇ ਕੁਛ ਲਿਖ ਕੇ ਭੇਜਣਾ ਹੋਵੇ, ਤਾਂ ਸਾਨੂੰ ਇਨਵੈਲਪ ਦੀ ਲੋੜ ਪੈਂਦੀ ਹੈ। ਤਾਂ ਆਹ ਦੇਖੋ ਇਨਵੈਲਪ, ਵੈਸੇ ਮੈਂ ਫੋਟੋਸ਼ਾਪ 'ਚ ਵਿੱਚ ਵੀ ਦਿਖਾਇਆ ਸੀ ਇਨਵੈਲਪ ਦਾ, ਅਲੱਗ ਅਲੱਗ ਡਿਜ਼ਾਈਨ ਮੈਂ ਕੱਢ ਲਏ ਆ, ਠੀਕ ਆ ਜੀ। ਇੱਦਾਂ ਦੇ ਕੋਈ ਵੀ ਡਿਜ਼ਾਈਨ ਚੂਜ਼ ਕਰਕੇ, ਤਾਂ ਕਿ ਅਸੀਂ ਉਹ ਪ੍ਰਿੰਟ ਕਰਵਾ ਸਕੀਏ ਆਪਣੇ ਆਫਿਸ ਵਾਸਤੇ, ਕੋਈ ਵੀ ਚੂਜ਼ ਕਰਕੇ ਉਹਦਾ ਡਿਜ਼ਾਈਨ ਤਿਆਰ ਕਰੋ। ਉਸ ਤੋਂ ਇਲਾਵਾ ਤੁਸੀਂ ਨਾ ਏ 4 ਸਾਈਜ਼ ਵਾਸਤੇ ਵੀ ਇਨਵੈਲਪ ਹੁੰਦੇ ਆ, ਠੀਕ ਹੈ ਨਾ, ਉਹ ਵੱਡੇ ਸਾਈਜ਼ ਦੇ ਹੋਗੇ, ਏ 4 ਪੇਪਰ ਪਾਉਣ ਵਾਸਤੇ ਆ ਇੱਦਾਂ ਦੇ। ਏ 4 ਦਾ ਵੀ ਤੁਸੀਂ ਇਨਵੈਲਪ ਮਤਲਬ ਉਹਨਾਂ ਲਿਫਾਫਾ ਏ 4 ਪੇਪਰ ਦਾ ਉਹ ਤਿਆਰ ਕਰੋ, ਠੀਕ ਆ ਜੀ, ਇਸ ਤਰੀਕੇ ਨਾਲ, ਠੀਕ ਹੈ ਜੀ। ਬਾਕੀ ਅਸੀਂ ਸੇਮ ਕਲਰ ਕੰਬੀਨੇਸ਼ਨ ਰੱਖ ਕੇ ਇੱਦਾਂ ਕਰ ਸਕਦੇ ਹਾਂ, ਜਿਵੇਂ ਵਿਜ਼ਿਟਿੰਗ ਕਾਰਡ ਦੇਖੋ ਸੇਮ, ਉਸ ਤੋਂ ਬਾਅਦ ਇਨਵੈਲਪ ਵੀ ਉਸੇ ਕਲਰ ਕੰਬੀਨੇਸ਼ਨ 'ਚ, ਫਿਰ ਲੈਟਰ ਹੈਡ ਵੀ ਉਸੇ ਕਲਰ ਕੰਬੀਨੇਸ਼ਨ 'ਚ। ਤਾਂ ਇੱਕ ਡਿਜ਼ਾਈਨ ਤਿਆਰ ਕਰਕੇ ਆਫਿਸ ਦੀਆਂ ਸਾਰੀਆਂ ਰਿਕੁਆਇਰਮੈਂਟ ਚੀਜ਼ਾਂ ਜਿੰਨੀਆਂ ਵੀ ਹੁੰਦੀਆਂ ਸਾਡੀਆਂ ਰਿਕੁਆਇਰਡ, ਉਹ ਸਾਰਾ ਕੁਝ ਸੇਮ ਕਲਰ ਕੰਬੀਨੇਸ਼ਨ 'ਚ ਅਸੀਂ ਸੈੱਟ ਕਰ ਸਕਦੇ ਹਾਂ। ਤਾਂ ਇਹ ਟਰਾਈ ਕਰੋ, ਜਿੰਨਾ ਅੱਛਾ ਟਰਾਈ ਕਰਾਂਗੇ, ਜਿੰਨਾ ਅੱਛਾ ਬਣਾਵਾਂਗੇ ਅਸੀਂ, ਉਨੀ ਜ਼ਿਆਦਾ ਸਾਡੀ ਵੈਲਿਊ ਬਣੂਗੀ। ਤਾਂ ਇਹ ਆਪਣੀ ਪਰਸਨਲ ਪ੍ਰੈਕਟਿਸ ਨਾਲ ਹੀ ਅਸੀਂ ਲੈਵਲ 'ਤੇ ਪਹੁੰਚਾਂਗੇ। ਤਾਂ ਇਹ ਜ਼ਰੂਰ ਟਰਾਈ ਕਰੋ ਜੀ, ਬਣਾਓ,
थैंक यू वेरी मच, थैंक यू वेरी मच। एक असाइनमेंट मैं शुरू तो किया जी, कोई नहीं छड़नी हैगी, जे असाइनमेंट्स असी बनावांगे तां ही डिवेलप करांगे अपने आप नूं, तां ही साडा रिजल्ट आउणगे। तां असाइनमेंट जरूर बनाउणी है जी, किसी भी चीज़ नूं इगनोर नहीं करना तुसीं, कोई नहीं बाद च बना लवांगे। तां सारा यह कोर्स असाइनमेंट्स ते ही टिकिया होया वा, जिन्नी असाइनमेंट्स तुसीं बनाओगे उन्ना हथ वधिया हो जूगा तुहाडा, ठीक है जी। ये बनाओ जी, थैंक यू वेरी मच।